ਸਿੱਖ ਨੌਜਵਾਨੀ ਦਾ ਕਹਾੜ ਬੰਦ ਕਰੋ, ਬੰਦ ਕਰੋ, ਸਿੱਖ ਨੌਜਵਾਨੀ ਦਾ ਕਹਾੜ ਬੰਦ ਕਰੋ, ਬੰਦ ਕਰੋ, ਸਿੱਖ ਨੌਜਵਾਨੀ ਦਾ ਕਹਾੜ ਬੰਦ ਕਰੋ, ਬੰਦ ਕਰੋ, ਜਨੀਸ਼ਨੀ ਮੁਰਦਾਬਾਦ, ਮੁਰਦਾਬਾਦ, ਭਾਰਤ ਦੀ ਜਨੀਸ਼ਨੀ ਮੁਰਦਾਬਾਦ, ਮੁਰਦਾਬਾਦ, ਭਾਰਤ ਦੀ ਜਨੀਸ਼ਨੀ ਮੁਰਦਾਬਾਦ, ਮੁਰਦਾਬਾਦ। ਜਿਹੜੇ ਸਾਡੇ ਤਿੰਨ ਸਿੰਘ ਹੈ ਇਹਨਾਂ ਨੂੰ ਪਿਛਲੀ ਦਿਨਾਂ ਦੇ ਦੌਰਾਨ ਉਮਰ ਕੈਦ ਦੀ ਸਜ਼ਾ ਸੈਸ਼ਨ ਕੋਰਟ ਵੱਲੋਂ ਦਿੱਤੀ ਗਈ ਹੈ। ਜਦੋਂ ਅਸੀਂ ਇਸ ਸਾਰੀ ਕਹਾਣੀ ਜਿਹੜੀ ਵਰਤਾਰਾ ਵਰਤਿਆ ਇਹਦੀ ਪੜਤਾਲ ਵੱਲ ਗਏ, ਜਿਹੜੀ ਉਹਨਾਂ ਦੀ FIR ਅਸੀਂ ਲਿਆਂਦੀ, ਉਹਦੇ ਵਿੱਚ ਪੜਿਆ ਵੀ ਉਹਨਾਂ ਦੇ ਉੱਤੇ ਜਿਹੜਾ ਇਲਜ਼ਾਮ ਲਾਏ ਗਏ ਨੇ ਉਹ ਇਹ ਲਾਏ ਗਏ ਨੇ ਵੀ ਇਹਨਾਂ ਕੋਲ 78 ਦੇ ਕਾਂਡ ਦੀਆਂ ਜਿਹੜੀਆਂ ਲਿਖਤਾਂ ਮਿਲੀਆਂ ਨੇ, ਜਿਹੜਾ ਜਿਹਨੂੰ ਨਿਰੰਕਾਰੀ ਕਾਂਡ ਕਹਿੰਦੇ ਆ, ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨਾਲ ਸੰਬੰਧਿਤ ਉਹਨਾਂ ਕੋਲ ਲਿਟਰੇਚਰ ਮਿਲਿਆ ਹੈ। ਬਾਹਰੋਂ ਇਹਨਾਂ ਨੂੰ ਕਰੰਸੀ ਆਉਂਦੀ ਹੈ 4877 ਰੁਪਈਏ ਇਹਨਾਂ ਨੂੰ ਆਏ ਆ ਬਾਹਰੋਂ, ਜਿਹੜੀ ਕਿ ਭਾਰਤ ਦੇ ਵਿੱਚ ਵੱਡੀਆਂ ਗਤੀਵਿਧੀਆਂ ਲਈ ਉਹਨਾਂ ਨੂੰ ਵੱਡਾ ਫੰਡ ਭੇਜਿਆ ਗਿਆ ਇਹਨਾਂ ਦੇ ਮੁਤਾਬਕ। ਜਦੋਂ ਮੈਂ ਪੁੱਛਣਾ ਚਾਹੁੰਦਾ ਇਸ ਜੁਡੀਸ਼ਲੀ ਨੂੰ, ਜਦੋਂ ਪਰਮਾਨੰਦ ਅਤੇ ਸਾਧਵੀ ਪ੍ਰਗਿਆ ਕਰਨਲ ਪੁਰੋਹਿਤ ਵਰਗੇ ਜਿਹੜੇ ਮੇਲਗਾਓ ਬੰਬ ਧਮਾਕੇ ਦੇ ਵਿੱਚ ਪੂਰੇ ਇੰਟਰਫੇਅਰ ਸੀ ਜਿਨ੍ਹਾਂ ਨੇ ਕਰਵਾਇਆ, ਉਹ ਬੰਦੇ ਜ਼ਮਾਨਤਾਂ ਦੇ ਉੱਤੇ ਬਾਹਰ ਆ ਗਏ ਨੇ। ਉਹਨਾਂ ਦੇ ਵਿੱਚੋਂ ਸਾਧਵੀ ਪ੍ਰਗਿਆ ਨੂੰ ਤਾਂ ਹੁਣ ਬਾਹਰ ਵੀ ਕੱਢਣ ਦੀਆਂ ਤਿਆਰੀਆਂ ਚੱਲਦੀਆਂ ਪਈਆਂ ਨੇ। ਜਦੋਂ ਇੰਨੇ ਵੱਡੇ ਪੱਧਰ 'ਤੇ ਸਭ ਕੁਝ ਹੋ ਰਿਹਾ ਅਤੇ ਸਾਨੂੰ ਕਿਉਂ ਸਿੱਖਾਂ ਨੂੰ ਸਾਡੇ ਹੀ ਭਾਰਤ ਦੇ ਵਿੱਚ, ਜਦੋਂ ਕਿ ਅਸੀਂ 83% ਸਾਡੀਆਂ ਕੁਰਬਾਨੀਆਂ ਨੇ ਇਸ ਭਾਰਤ ਨੂੰ ਆਜ਼ਾਦ ਕਰਾਉਣ ਲਈ, ਸਾਡੇ ਲਈ ਕਾਨੂੰਨ ਹਰ ਵਾਰੀ ਅਲੱਗ ਨਜ਼ਰੀਏ ਨਾਲ ਕਿਉਂ ਵੇਖਿਆ ਜਾਂਦਾ ਸਾਨੂੰ, ਅਤੇ ਸਾਨੂੰ ਕਿਉਂ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾਂਦਾ। ਅਸੀਂ ਚਾਹੁੰਦੇ ਹਾਂ ਸਰਕਾਰਾਂ ਨੂੰ ਨਾ ਜਗਾਓ, ਨਾ ਜਗਾਓ, ਇਹ ਬਾਗੀ ਹੋਏ ਬੜੇ ਮਾੜੇ ਹੈ। ਸਾਨੂੰ ਬਾਗੀ ਪੁਣਾ ਨਾ ਮਨਜ਼ੂਰ ਕਰਿਆ ਜੇ ਵੀ ਕਿਤੇ ਅਸੀਂ ਬਾਗੀ ਪੁਣੇ 'ਤੇ ਆ ਜਾਈਏ। ਗੰਦੀ ਸਰਕਾਰ ਅਤੇ ਗੰਦੇ ਸਿਸਟਮ ਅਤੇ ਗੰਦੀ ਨਿਆਂਪਾਲਕਾ ਨੂੰ ਅਸੀਂ ਬਿਨਾਂ ਸ਼ਰਤ ਇਹਨਾਂ ਸਿੰਘਾਂ ਨੂੰ ਰਿਹਾਈ ਦੇਣੀ ਚਾਹੀਦੀ ਹੈ, ਨਾ ਦਿੱਤੀ ਗਈ। ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਜਿਵੇਂ ਜਲੰਧਰ ਵੇਖਿਆ, ਅਸੀਂ ਪਿੰਡਾਂ ਪੱਧਰਾਂ ਸ਼ਹਿਰਾਂ 'ਤੇ ਵੱਡੇ ਕਾਫਲੇ ਲੈ ਕੇ ਪਿੰਡਾਂ ਦੇ ਵਿੱਚ ਆਵਾਜ਼ਾਂ ਦੇ ਕੇ ਆਪਦਾ ਸਿੱਖ ਭਾਈਚਾਰਾ ਅਸੀਂ ਸੜਕਾਂ ਦੇ ਉੱਤੇ ਲੈ ਕੇ ਆਵਾਂਗੇ। ਸਾਡੇ ਨਾਲ ਹੋਏ ਧੱਕੇ ਦਾ ਅਸੀਂ ਇਹਨਾਂ ਤੋਂ ਇਨਸਾਫ ਮੰਗਾਂਗੇ, ਕਿਉਂ ਅਸੀਂ ਆਪਦੇ ਗੁਰੂ ਸਾਹਿਬਾਨਾਂ ਦੇ ਸਾਰੀਆਂ ਕਿਤਾਬਾਂ ਲਿਟਰੇਚਰ ਆਪਦਾ ਪੁਰਾਤਨ ਇਤਿਹਾਸ ਸਾਂਭ ਸਕਦੇ ਹਾਂ, ਅਤੇ ਸਿੱਖਾਂ ਦੇ ਘਰਾਂ ਦੇ ਵਿੱਚ ਇਹ ਹੋਣਾ ਚਾਹੀਦਾ। ਅੱਜ ਸਾਡਾ ਇਹੋ ਹੀ ਸੀ, ਅਸੀਂ ਇਹਦੀ ਆਰੰਭਤਾ ਕੀਤੀ ਹੈ ਜਲੰਧਰ ਤੋਂ। ਜਲੰਧਰ ਦੇ ਵਿੱਚ ਸਤਿਕਾਰ ਕਮੇਟੀਆਂ ਹੋਰ ਜਥੇਬੰਦੀਆਂ ਦੇ ਸਹਿਯੋਗ ਲੈ ਕੇ ਵੱਡੇ ਪੱਧਰ 'ਤੇ ਇਕੱਠ ਹੋਇਆ ਸੀਗਾ, ਅਤੇ ਅੱਜ ਉਹਦਾ ਇੱਕ ਪੜਾਅ ਕੋਟ ਈਸੇ ਖਾਂ ਦੇ ਵਿੱਚ ਹੈ। ਲੋਕਾਂ ਤੱਕ ਆਪਦੀ ਜਾਣਕਾਰੀ ਪਹੁੰਚਾ ਰਹੇ ਹਾਂ ਅਸੀਂ ਵੀ ਸਾਡੇ ਨਾਲ ਆਹ ਸਿੰਘਾਂ ਨਾਲ ਧੱਕੇ ਹੋ ਰਹੇ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਐਡੀਟੇਸ਼ਨ ਨੂੰ ਵੱਡਾ ਰੂਪ ਦੇ ਕੇ ਅਸੀਂ ਪਿੰਡਾਂ ਪੱਧਰਾਂ 'ਤੇ ਆਪਦਾ ਇਕੱਠ ਕਰਕੇ ਇਹਨੂੰ ਵੱਡੇ ਕਾਫਲੇ ਦੇ ਰੂਪ 'ਚ ਅਸੀਂ ਘਿਰਾਓ ਕਰਾਂਗੇ ਕਿਸੇ ਨਾ ਕਿਸੇ ਚੀਜ਼ ਦਾ।